ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਚੋਰੀ ਦੇ 11 ਮੋਟਰਸਾਈਕਲਾਂ ਸਮੇਤ ਚੋਰੀ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਘੁਮਾਨ ਦੇ ਐਸਐਚਓ ਚਰਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 29 ਅਪ੍ਰੈਲ ਨੂੰ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਕੋਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਅਤੇ ਆਰੋਪੀਆਂ ਨੂੰ ਰਿਮਾਂਡ ਤੇ ਲੈ ਕੇ ਤਫਤੀਸ਼ ਦੌਰਾਨ ਉਹਨਾਂ ਕੋਲੋਂ ਵੱਖ-ਵੱਖ ਥਾਵਾਂ ਤੋਂ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਪਬਲਿਕ ਸਪੋਰਟ ਨਿਊਜ਼ ਫੋਕਸ ਦੇ ਨਾਲ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਇਹ ਸਾਡੇ ਕੋਲ ਚੋਰੀ ਦੇ ਮੋਟਰਸਾਈਕਲ ਵਾਲਾ ਗਰੋਹ ਸੀ ਮਿਤੀ 29/4/22 ਨੂੰ ਅਸੀਂ ਇੱਕ ਮੁਕਦਮਾ ਦਰਜ ਕੀਤਾ 52/22 ਬਰਖਲਾਫ ਹੈਗਾ ਚਿੱਤਰ ਸਿੰਘ ਵਾਸੀ ਬਾਬਾ ਬਕਾਲਾ ਸਰਨ ਸੀ ਮਾੜੀ ਪੁੱਛੀਆਂ ਤੇ ਕੁਲਦੀਪ ਸਿੰਘ ਵਾਸੀ ਬਿਆਸ ਇਹਨਾਂ ਕੋਲ ਆਪਾਂ ਪਹਿਲੇ ਦਿਨ 2 ਮੋਟਰਸਾਈਕਲ ਫੜੇ ਸੀ ਮੁੜ ਕੇ ਦੌਰਾਨੇ ਰਿਮਾਂਡ ਇਹਨਾਂ ਦੀ ਰਿਕਵਰੀ ਤੋਂ ਆਪਾਂ 11 ਮੋਟਰਸਾਈਕਲ ਜਿਹੜੇ ਆ ਉਹ ਬਰਾਮਦ ਕਰ ਚੁੱਕੇ ਹਾਂ ਅਤੇ ਬਾਕੀ ਮੁਕਦਮੇ 'ਤੇ ਵੀ ਜਾਰੀ ਆ ਕੁਛ ਹੋਰ ਦੋਸ਼ੀ ਗ੍ਰਿਫਤਾਰ ਕਰਨੇ ਪਰ ਸਰ ਕੁੱਲ ਕਿੰਨੇ ਦੋਸ਼ੀ ਨੇ ਜਿਨ੍ਹਾਂ ਨੇ ਮੋਟਰਸਾਈਕਲ ਚੋਰੀ ਕੀਤੀ ਉਹਦੇ ਟੋਟਲ ਇਹ 9 ਦੋਸ਼ੀ ਆ ਕੋਈ ਲੈਣ ਵਾਲਾ ਸੀ ਕੋਈ ਦੇਣ ਵਾਲਾ ਸੀ ਚੋਰੀ ਕਰਕੇ ਉਹ ਗ੍ਰਿਫਤਾਰ ਕਰਨੇ ਪਰ